ਅੱਜ ਹੈਗੀ ਹੈ ਜੂਨ 2019 ਅਤੇ ਜੂਨ 2008 ਵਿੱਚ ਆਪਾਂ ਆਸਟ੍ਰੇਲੀਆ ਆਏ ਸੀਗੇ ਅਤੇ ਅੱਜ ਸਾਨੂੰ ਹੋ ਗਏ 11 ਸਾਲ ਆਸਟ੍ਰੇਲੀਆ 'ਚ ਆਏ ਸੀ ਆਪਾਂ ਹੋਪ ਲੈ ਕੇ ਇਹ ਹੋਪ ਸੀਗੀ ਕਿ ਆਪਾਂ ਇੱਕ ਦਿਨ ਬਾਹਰ ਜਾਵਾਂਗੇ ਇਹ ਹੋਪ ਸੀਗੀ ਕਿ ਇੱਕ ਦਿਨ ਆਪਾਂ ਸਟੂਡੈਂਟ ਬਣ ਕੇ PR ਹੋਵਾਂਗੇ ਹੋਪ ਸੀਗੀ ਕਿ ਇੱਕ ਦਿਨ ਆਪਾਂ ਸਿਟੀਜ਼ਨ ਹੋਵਾਂਗੇ ਅਤੇ ਹੋਪ ਸੀਗੀ ਯਾਰ ਕਿ ਇੱਕ ਦਿਨ ਆਪਾਂ ਕੰਮ ਕਰਾਂਗੇ ਜੋਬ ਕਰਾਂਗੇ ਡਾਲਰ ਕਮਾਵਾਂਗੇ ਕਮਾ ਕੇ ਘਰ ਭੇਜਾਂਗੇ ਆਪਣੇ ਘਰਦਿਆਂ ਦਾ ਖਿਆਲ ਰੱਖਾਂਗੇ ਆਪਣੀ ਪੈਸੇ ਦੀ ਸੇਵਿੰਗ ਕਰਾਂਗੇ ਅਤੇ ਹੋਪ ਹੈ ਕਿ ਇੱਕ ਦਿਨ ਬੋਡੀ ਵੀ ਬਣਾਵਾਂਗੇ ਆਪਣੀ ਵਧੀਆ ਕਰਕੇ ਇੱਕ ਦਿਨ ਹੋਪ ਸੀਗੀ ਕਿ ਪਰਿਵਾਰ ਦੀਆਂ ਜ਼ਿੰਮੇਵਾਰੀ ਵੀ ਚੁੱਕਾਂਗੇ ਹੋਪ ਸੀਗੀ ਯਾਰ ਕਿ ਜਿੰਨੀਆਂ ਪਰੇਸ਼ਾਨੀਆਂ ਜ਼ਿੰਦਗੀ ਦੇ ਵਿੱਚ ਆਉਂਦੀਆਂ ਉਹਨੂੰ ਆਪਣੇ ਸਿਰ ਦੇ ਚੱਕ ਕੇ ਉਹਨਾਂ ਦਾ ਡੱਟ ਕੇ ਸਾਹਮਣਾ ਕਰਾਂਗੇ ਕਦੀ ਹਿੰਮਤ ਨਹੀਂ ਹਾਰਾਂਗੇ ਜੇ ਹੋਪ ਉਮੀਦ ਹੈ ਤਾਂ ਦੁਨੀਆ ਵੈ ਉਮੀਦ ਤੋਂ ਬਗੈਰ ਕੁਛ ਨਹੀਂ ਹੈ ਅਤੇ ਚਲੋ ਮੈਂ ਤੁਹਾਨੂੰ ਦੱਸਿਆ ਇੱਕ ਛੋਟੀ ਜਿਹੀ ਸਟਾਰਟਿੰਗ ਵੀਡੀਓ ਤੋਂ ਕਰੀਏ ਅਤੇ ਮੈਂ ਕਿਹਾ ਇੱਕ 11 ਸਾਲ ਆਪਣੀ ਲਾਈਫ 'ਤੇ ਮੈਂ ਆਸਟ੍ਰੇਲੀਆ 'ਚ ਗੁਜ਼ਾਰੇ ਆ ਤੁਹਾਡੇ ਨਾਲ ਥੋੜ੍ਹੇ ਜਿਹੇ ਐਕਸਪੀਰੀਅੰਸ ਸ਼ੇਅਰ ਕਰੀਏ ਆਪਣੇ 11 ਸਾਲ ਦੀ ਲਾਈਫ 'ਤੇ ਐਕਸਪੀਰੀਅੰਸ 11 ਸਾਲਾਂ ਦੇ ਵਿੱਚ ਯਾਰ ਬਹੁਤ ਕੁਛ ਸਿੱਖਿਆ ਆਸਟ੍ਰੇਲੀਆ ਤੋਂ ਅਤੇ ਹੁਣ ਵੀ ਸਿੱਖਦੇ ਆ ਰਹੇ ਹਾਂ ਅਤੇ ਲਾਈਫ ਦਾ ਦੂਜਾ ਨਾਮ ਹੀ ਸਿੱਖਣਾ ਵਾ ਬੰਦਾ ਜਦੋਂ ਸਿੱਖਣਾ ਖਤਮ ਕਰ ਦੂੰਗਾ ਇਹਦਾ ਮਤਲਬ ਕਿ ਬੰਦੇ 'ਚ ਹੰਕਾਰ ਆ ਗਿਆ ਬੰਦਾ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ ਜ਼ਿੰਦਗੀ ਦਾ ਦੂਜਾ ਨਾਮ ਹੀ ਸਿੱਖਦੇ ਰਹਿਣਾ ਹਮੇਸ਼ਾ ਸਾਨੂੰ ਕੁਛ ਨਾ ਕੁਛ ਸਿੱਖਦੇ ਹੀ ਰਹਿਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਪ੍ਰੋਬਲਮਾਂ ਆਉਂਦੀਆਂ ਰਹਿਣੀਆਂ ਵਾ ਠੀਕ ਹੈ ਇੱਕ ਅਸਲੀ ਇਨਸਾਨ ਉਹੀ ਹੈ ਜਿਹੜਾ ਪ੍ਰੋਬਲਮਾਂ ਦਾ ਡੱਟ ਕੇ ਸਾਹਮਣਾ ਕਰਦਾ ਵਾ ਅਤੇ ਪ੍ਰੋਬਲਮ ਹਰ ਪ੍ਰੋਬਲਮ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਫੇਸ ਕਰਦਾ ਵਾ ਇੱਕ ਦਲੇਰ ਬੰਦੇ ਦੀ ਤਰ੍ਹਾਂ ਜ਼ਿੰਦਗੀ ਦੇ ਜਿਹੜੇ 11 ਸਾਲ ਕੱਟੇ ਉਹਦੇ ਵਿੱਚ ਇਸ ਸੰਤਰੇ ਦੀ ਤਰ੍ਹਾਂ ਖੱਟੇ ਅਤੇ ਕੁਛ ਮਿੱਠੇ ਐਕਸਪੀਰੀਅੰਸ ਰਹੇ ਪਰ ਹਾਰ ਨਹੀਂ ਮੰਨੀ ਕਦੀ ਆਪਾਂ ਪੰਜਾਬੀਆਂ ਨੇ ਸਾਡੇ ਖੂਨ ਦੇ ਵਿੱਚ ਆ ਕਦੀ ਹਾਰ ਨਹੀਂ ਮੰਨੀ ਆਪਾਂ ਸਾਨੂੰ ਲਾਈਫ ਦੇ ਵਿੱਚ ਭਾਵੇਂ ਖੱਟੇ ਐਕਸਪੀਰੀਅੰਸ ਹੋਣ ਭਾਵੇਂ ਮਿੱਠੇ ਐਕਸਪੀਰੀਅੰਸ ਹੋਣ ਆਪਾਂ ਹਰ ਮੁਸੀਬਤ ਦਾ ਸਾਹਮਣਾ ਡੱਟ ਕੇ ਕੀਤਾ ਵਾ ਹੁਣ ਮੈਂ ਤਾਂ ਕਈ ਵਾਰ ਪੁੱਛਦੇ ਆ ਯਾਰ ਸਟੂਡੈਂਟ ਕਈ ਵਾਰ ਇੰਡੀਆ ਮੈਸੇਜ ਵੀ ਆਉਂਦੇ ਹੁੰਦੇ ਇੰਡੀਆ ਪਾਕਿਸਤਾਨ ਤੋਂ ਯਾਰ ਆਪਾਂ ਬਾਹਰ ਆਉਣਾ ਚਾਹੁੰਦੇ ਬਾਹਰ ਆਉਣਾ ਚਾਹੁੰਦਾ ਮੈਂ ਕਹਿੰਦਾ ਬਾਹਰ ਆਓ ਯਾਰ ਸਗੋਂ ਬਾਹਰ ਬਹੁਤ ਵਧੀਆ ਮੁਲਕ ਹੈਗੇ ਆ ਕਾਫੀ ਇੱਥੇ ਫੈਸਿਲਿਟੀਆਂ ਹੈਗੀਆਂ ਵਧੀਆ ਫੈਸਿਲਿਟੀਆਂ ਹੈਗੀਆਂ ਵਾ ਠੀਕ ਹੈ ਨਾ ਅਤੇ ਪਰ ਇੱਕ ਚੰਗੀ ਨੀਜ਼ ਨਾ ਹੋ ਯਾਰ ਇੱਕ ਕੰਮ ਕਰੋ ਆਪਣਾ ਚੰਗੀ ਇੱਕ ਇਮਾਨਦਾਰ ਬਣ ਕੇ ਇੱਕ ਪੈਸੇ ਦੀ ਸੇਵਿੰਗ ਕਰੋ ਆਪਣੇ ਘਰਦੇ ਨੂੰ ਪੈਸੇ ਭੇਜੋ ਇੱਕ ਸੱਗੀ ਚੰਗੀ ਨੀਜ਼ ਨਾ ਹੋਵੋ ਯਾਰ ਕਿਤੇ ਬੁਰੀ ਸੰਗਤੀ 'ਚ ਨਾ ਪਵੋ ਨਸ਼ੇ ਨਸ਼ੇ 'ਚ ਨਾ ਪਵੋ ਹੈ ਨਾ ਗਲਤ ਆਦਤਾਂ 'ਚ ਨਾ ਪਵੋ ਇੱਕ ਆਪਣੀ ਫੈਮਲੀ ਦਾ ਹਮੇਸ਼ਾ ਚੰਗਾ ਸੋਚੋ ਆਪਣਾ ਸੋਚੋ ਆਪਣਾ ਸਰੀਰ ਬਣਾਓ ਬੋਡੀ ਬਣਾਓ ਵਧੀਆ ਕਰਕੇ ਵਧੀਆ ਖਾਓ ਪੀਓ ਯਾਰ ਇੱਕ ਸਹੀ ਨੀਜ਼ ਨਾ ਹੋ ਆਪਣੀ ਸਟੱਡੀ ਪੂਰੀ ਕਰੋ ਠੀਕ ਹੈ ਨਾ ਕੋਈ ਇੱਥੇ ਇਹੋ ਜਿਹਾ ਕੰਮ ਨਾ ਕਰੋ ਯਾਰ ਜੇ ਕਿ ਤੁਹਾਡੀ ਕਮਿਊਨਿਟੀ ਨਾਲ ਜੇ ਤੁਹਾਡੇ ਦੇਸ਼ ਦਾ ਕੋਈ ਖਿਲਵਾੜ ਹੁੰਦਾ ਵਾ ਠੀਕ ਹੈ ਨਾ ਇੱਕ ਵਧੀਆ ਇੱਕ ਇਮੇਜ ਬਣਾ ਕੇ ਜਾਣੀ ਆਪਣਾ ਕਿ ਲੋਕ ਵੀ ਕਹਿਣ ਯਾਰ ਆਪਣੇ ਇੰਡੀਅਨ ਦੇਸੀ ਆ ਜਾਂ ਪਾਕਿਸਤਾਨੀ ਆ ਵਧੀਆ ਬੰਦਾ ਯਾਰ ਦੇਖੋ ਮੈਂ ਇੱਕ ਨੈਗੇਟਿਵ ਇਮੇਜ ਨਹੀਂ ਬਣਾਉਣੀ ਆਪਣੀ ਕਦੀ ਵੀ ਹੁਣ ਮੈਂ ਤੁਹਾਨੂੰ ਕਹਾਂ ਯਾਰ ਕਿ ਲਾਈਫ ਇੱਥੇ ਆਸਟ੍ਰੇਲੀਆ 'ਚ 11 ਸਾਲ ਕਿੱਦਾਂ ਦੀ ਰਹੀ 11 ਸਾਲ ਬਹੁਤ ਵਧੀਆ ਰਹੀ ਯਾਰ ਜ਼ਿੰਦਗੀ ਦੇ ਵਿੱਚ ਖੱਟੇ ਮਿੱਠੇ ਐਕਸਪੀਰੀਅੰਸ ਰਹੇ ਕੁਛ ਮਾੜੇ ਲੋਕ ਮਿਲੇ ਕੁਛ ਚੰਗੇ ਲੋਕ ਮਿਲੇ ਹੈ ਨਾ ਜ਼ਿੰਦਗੀ ਦਾ ਨਾਮ ਹੀ ਇਹੀ ਹੈ ਯਾਰ ਹੈ ਨਾ ਲਾਈਫ ਦੇ ਵਿੱਚ ਤੁਹਾਨੂੰ ਚੰਗੇ ਲੋਕ ਵੀ ਮਿਲਦੇ ਮਾੜੇ ਲੋਕ ਵੀ ਮਿਲਦੇ ਆ ਅਤੇ ਜ਼ਿੰਦਗੀ 'ਚ ਕਦੀ ਹਿੰਮਤ ਨਹੀਂ ਹਾਰਨੀ ਜਿੱਦਾਂ ਦਾ ਮਰਜ਼ੀ ਕੰਮ ਮਿਲਿਆ ਮੈਂ ਕੀਤਾ ਯਾਰ ਆਪਣੇ ਪੈਸੇ ਦੀ ਸੇਵਿੰਗ ਕੀਤੀ ਆ ਅਤੇ ਛੋਟੇ ਜਿਹੇ ਮੁਕਾਮ ਤੱਕ ਪੁੱਜੇ ਯਾਰ ਇਹ ਨਹੀਂ ਕਿ ਆਪਾਂ ਬੜਾ ਕੋਈ ਜ਼ਿੰਦਗੀ 'ਚ ਉੱਥੇ ਬੜੀ ਉੱਚੀ ਉੱਚੀ ਮੁਕਾਮ 'ਚ ਪੁੱਜ ਗਏ ਪਰ ਜ਼ਿੰਦਗੀ 'ਚ ਕੁਛ ਵੀ ਹਾਸਿਲ ਕੀਤਾ ਵਾ ਯਾਰ ਆਪਣੀ ਮਿਹਨਤ 'ਤੇ ਆਪਣੇ ਬਲਬੂਤੇ ਦੇ ਦਮ 'ਤੇ ਹਾਸਿਲ ਕੀਤਾ ਵਾ ਔਰ ਹੁਣ 2008 'ਚ ਜਦੋਂ ਮੈਂ ਆਇਆ ਸੀਗਾ ਹੁਣ ਮੇਰਾ ਵਿਆਹ ਹੋ ਗਿਆ ਮੇਰੇ ਮੰਮੀ ਵਿਚਾਰੇ ਇੱਥੇ ਆ ਵਾਈਫ ਇੱਥੇ ਹੈਗੇ ਆ ਲਾਈਫ ਆਪਣੀ ਕੰਪਲੀਟ ਹੋ ਗਈ ਹੈ ਯਾਰ ਅਤੇ ਹੁਣ ਆਪਣੀ ਬਸ ਲਾਈਫ 'ਤੇ ਚਲਦੀ ਰਹਿਣੀ ਹੈ ਹੈ ਨਾ ਹੋਰ ਅੱਗੇ ਫਿਊਚਰ ਰਿਆਲ ਦੇ ਵਿੱਚ ਦੇਖੋ ਲਾਈਫ ਕਿੱਥੇ ਲੈ ਕੇ ਜਾਂਦੀ ਯਾਰ ਅਤੇ ਮੈਂ ਸੋਚਿਆ ਯਾਰ ਇੱਕ ਚਲੋ ਤੁਹਾਨੂੰ ਛੋਟੀ ਜਿਹੀ ਇੱਕ ਵੀਡੀਓ ਦੱਸੀਏ ਇੱਕ ਤੁਹਾਨੂੰ ਸ਼ੇਅਰ ਕਰੀਏ ਆਪਣਾ ਐਕਸਪੀਰੀਅੰਸ ਦੱਸੀਏ ਕਿ ਲਾਈਫ ਬਾਹਰਲੇ ਦੇਸ਼ਾਂ ਵਿੱਚ ਕਿੱਦਾਂ ਦੀ ਹੁੰਦੀ ਹੈ ਬਾਹਰ ਜਿੱਥੇ ਮਰਜ਼ੀ ਰਹਿ ਲਓ ਯਾਰ ਜ਼ਿੰਦਗੀ 'ਤੇ ਭਾਵੇਂ ਇੰਡੀਆ ਰਹੋ ਪਾਕਿਸਤਾਨ ਰਹੋ ਭਾਵੇਂ ਆਸਟ੍ਰੇਲੀਆ ਰਹੋ ਜਿੱਥੇ ਮਰਜ਼ੀ ਰਹੋ ਜ਼ਿੰਦਗੀ ਦੇ ਵਿੱਚ ਬੰਦੇ ਨੂੰ ਚੱਲਦੇ ਹੀ ਰਹਿਣਾ ਚਾਹੀਦਾ ਵਾ ਠੀਕ ਹੈ ਨਾ ਸਟਰਗਲ ਦੂਜਾ ਲਾਈਫ ਹੈਗਾ ਇਹ ਨਹੀਂ ਕਿ ਬਾਹਰ ਯਾਰ ਸੌਖੀ ਲਾਈਫ ਹੈਗੀ ਆ ਬਾਹਰ ਵੀ ਬਹੁਤ ਔਖੀ ਲਾਈਫ ਹੈਗੀ ਆ ਇੱਥੇ ਵੀ ਕੰਮ 14-14 15-15 ਘੰਟੇ ਜਿਹੜੇ ਕੰਮ ਕਰਦੇ ਆ ਯਾਰ ਉਹਨਾਂ ਨੂੰ ਪੁੱਛੋ ਯਾਰ ਇਹ ਮੈਂ ਇਕੱਲਾ ਨਹੀਂ ਕਰਦਾ ਯਾਰ ਜਿੰਨੇ ਆਪਣੇ ਪੰਜਾਬੀ ਹੈਗੇ ਮੈਂ ਐਗਰੀ ਕਰੂੰਗੇ ਸਾਰੇ ਜਿੰਨੇ ਆਪਣੇ ਇੱਥੇ ਇੰਡੀਅਨ ਬਾਹਰਲੇ ਮੁਲਕਾਂ ਵਿੱਚ ਹੈਗੇ ਆ ਅਤੇ ਜ਼ਿੰਦਗੀ ਦੇ ਵਿੱਚ ਮੈਂ ਇਹੀ ਇੱਕ ਕੰਮ ਸਿੱਖਿਆ ਵਾ ਬਾਹਰਲੇ ਮਿਲ ਕੇ ਜਦੋਂ ਆਇਆ ਯਾਰ ਹਮੇਸ਼ਾ ਮਿਹਨਤੀ ਬਣੋ ਵਰਕ ਹਾਰਡ ਜਿੰਨੇ ਤੁਸੀਂ ਕੰਮ ਮਿਹਨਤ ਕਰਕੇ ਕਰਦੇ ਰਹੋਗੇ ਨਾ ਕਿਉਂਕਿ ਇਹ ਮੁਲਕਾਂ ਦੇ ਵਿੱਚ ਯਾਰ ਤੁਸੀਂ ਪੈਸੇ ਦੀ ਸੇਵਿੰਗ ਕਰਨਾ ਆਸਾਨ ਹੈਗਾ ਵਾ ਜੇ ਤੁਹਾਡੀ ਨੀਅਤ ਚੰਗੀ ਹੈਗੀ ਆ ਅਤੇ ਪੈਸੇ ਵੀ ਤੁਸੀਂ ਬਣਾ ਸਕਦੇ ਹੋ ਠੀਕ ਹੈ ਜੇ ਤੁਸੀਂ ਕੰਮ ਕਰਨ ਦੀ ਨੀਅਤ ਨਾ ਹੈਗੇ ਹੋ ਜੇ ਤੁਸੀਂ ਲੇਜ਼ੀ ਹੋ ਆਲਸੀ ਹੋ ਕੁਛ ਕੰਮ ਹੀ ਨਹੀਂ ਕਰਨਾ ਚਾਹੁੰਦੇ ਫਿਰ ਤੁਹਾਡੇ ਲਈ ਨਹੀਂ ਹੈਗਾ ਬਾਹਰਲੇ ਮੁਲਕ ਠੀਕ ਹੈ ਨਾ ਫਿਰ ਤੁਸੀਂ ਭਾਵੇਂ ਆਸਟ੍ਰੇਲੀਆ ਆ ਜਾਓ ਕੈਨੇਡਾ ਆ ਜਾਓ ਜੇ ਤੁਸੀਂ ਮਿਹਨਤੀ ਹੋ ਤੁਸੀਂ ਕਾਮਯਾਬ ਹੋਣਾ ਹੀ ਹੋਣਾ ਹੈ ਜ਼ਿੰਦਗੀ ਦੇ ਵਿੱਚ ਅਤੇ ਮੈਂ ਸੋਚਿਆ ਯਾਰ ਚਲੋ 11 ਸਾਲ ਮੇਰੇ ਲਾਈਫ ਦੇ ਵਿੱਚ ਤੁਹਾਡੇ ਨਾਲ ਐਕਸਪੀਰੀਅੰਸ ਕਰੀ ਹੈ ਜੇ ਮੇਰੀ 11ਵੀਂ ਸਾਲ ਦੀ ਸਾਲਗਿਰਾ ਆ ਗਈ 11 ਸਾਲ ਹੋ ਗਏ ਯਾਰ ਪਤਾ ਹੀ ਨਹੀਂ ਲੱਗਾ 11 ਸਾਲ ਕਿੱਦਾਂ ਬੀਤ ਗਿਆ ਸਾਲਾ ਇੱਕ ਬੱਚਾ ਜਿਹਾ ਬਣ ਕੇ ਆਇਆ ਸੀਗਾ ਬੁੱਧੂ ਜਿਹਾ ਸੀਗਾ ਕੁਛ ਪਤਾ ਵੀ ਨਹੀਂ 18-19 ਸਾਲਾਂ ਦਾ ਸੀ ਜਦੋਂ ਮੈਂ ਆਇਆ ਸੀ ਇੱਥੇ ਬਾਹਰ ਆਸਟ੍ਰੇਲੀਆ ਦੇ ਵਿੱਚ ਅਤੇ ਆਸਟ੍ਰੇਲੀਆ ਨੇ ਵੀ ਕਾਫੀ
ਕੁਛ ਸਿਖਾਤਾ ਹਨਾ, ਇੱਕ ਬੁਆਏ ਤੋਂ ਮੈਨ ਬਣਾਤਾ ਇੱਕ ਆਸਟ੍ਰੇਲੀਆ ਨੇ, ਤੇ ਮੈਂ ਕਿਹਾ ਚਲੋ ਯਾਰ ਤੁਹਾਡੇ ਨਾਲ ਇੱਕ ਛੋਟਾ ਐਕਸਪੀਰੀਅੰਸ ਸ਼ੇਅਰ ਕਰੀਏ ਕਿ 11 ਸਾਲ ਆਪਣੇ, ਤੇ ਛੋਟੀ ਜਿਹੀ ਪਾਰਟੀ ਕਰਨੀ ਹੈ ਯਾਰ ਘਰ ਦੇ ਵਿੱਚ, ਕਰਾਂਗੇ ਛੋਟ ਕੇਕ ਕੂ ਕੱਟਾਂਗੇ, ਕੁਛ ਪਾਰਟੀ ਪੁਰਟੀ ਕਰ ਲਾਂਗੇ, ਤੇ ਬਾਕੀ ਰੱਬ ਦਾ ਆਸ਼ੀਰਵਾਦ ਆ ਠੀਕ ਨਾ। ਲਾਈਫ ਦੇ ਵਿੱਚ ਦੇਖੋ ਕਿੱਥੇ ਅੱਗੇ ਲਾਈਫ ਲੈ ਕੇ ਜਾਂਦੀ, ਤੇ ਹਮੇਸ਼ਾ ਖੁਸ਼ ਰਹੋ ਯਾਰ, ਬਸਦੇ ਰਹੋ, ਵਰਕ ਹਾਰਡ, ਭਾਵੇਂ ਤੁਸੀਂ ਜਿੱਥੇ ਮਰਜ਼ੀ ਹੈਗੇ ਯਾਰ, ਭਾਵੇਂ ਤੁਸੀਂ ਬਾਹਰ ਹੋ ਜਿੱਥੇ ਮਰਜ਼ੀ ਹੋ, ਨੰਬਰ 1 ਰੂਲ ਆਫ ਲਾਈਫ ਹੈ ਕਿ ਵਰਕ ਹਾਰਡ, ਹਮੇਸ਼ਾ ਆਪਣੇ ਫੈਮਿਲੀ ਦਾ ਖਿਆਲ ਰੱਖੋ, ਤੁਹਾਡੇ ਲਿਮਿਟਿਡ ਜੇ ਦੋਸਤ ਹੋਣ ਪਰ ਜਿਹੜੇ ਦੋਸਤ ਹੋਣ ਉਹ ਵੀ ਪੂਰੀ ਆਪਣੇ ਦਿਲ 'ਚ ਆਹੋ, ਤੁਸੀਂ ਆਪਣੇ ਦਿਲ ਤੋਂ ਪਿਆਰ ਕਰੋ ਯਾਰ, ਕੋਈ ਫੇਕ ਪਨ ਉਹਨਾਂ ਨੂੰ ਦਿਖਾਉਣਾ, ਅਤੇ ਆਪਣੀ ਫੈਮਿਲੀ ਨਾਲ ਆਪਣੀ ਮਾਂ ਨੂੰ ਪਿਆਰ ਕਰੋ ਯਾਰ, ਆਪਣੇ ਜਿੰਨੇ ਤੈਨੂੰ ਜਨਮ ਦਿੱਤਾ ਵਾ ਠੀਕ ਹੈ ਨਾ, ਮਾਂ ਦੀ ਪੂਜਾ, ਰੱਬ ਦੀ ਪੂਜਾ, ਮਾਂ ਹੈ ਰੱਬ ਦਾ ਨਾਮ ਹੈ ਦੂਜਾ। ਅਤੇ ਚਲੋ ਯਾਰ ਠੀਕ ਹੈ ਫਿਰ, ਮੈਂ ਕਿਹਾ ਚਲੋ ਤੁਹਾਡੇ ਨਾਲ ਇੱਕ ਸ਼ੇਅਰ ਕਰੀਏ ਐਕਸਪੀਰੀਅੰਸ, 11 ਸਾਲ ਆਪਣੀ ਜ਼ਿੰਦਗੀ ਦੇ ਇੱਥੇ ਆਸਟ੍ਰੇਲੀਆ ਦੇ ਵਿੱਚ ਕੱਢ ਲਏ ਆ, ਅਤੇ ਚਲੋ ਯਾਰ ਠੀਕ ਹੈ ਫਿਰ, ਮਿਲਦੇ ਰਹਾਂਗੇ ਆਪਣਾ ਦੁਬਾਰਾ ਜ਼ਿੰਦਗੀ, ਜੇ ਹਮੇਸ਼ਾ ਖੁਸ਼ ਰਹੋ, ਵਰਕ ਹਾਰਡ, ਹਮੇਸ਼ਾ ਖੁਸ਼ ਰਹੋ।